ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ Harika Job Alert ਦੇ ਉੱਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਸ਼ੋਰਟ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਨ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੰਜਾਬ ਵੱਲੋਂ ਤੇ ਦੋਸਤੋ ਇਹ ਨੋਟੀਫਿਕੇਸ਼ਨ ਅਸੀਂ ਸਾਡੇ WhatsApp ਗਰੁੱਪ ਦੇ ਵਿੱਚ ਪਹਿਲਾਂ ਹੀ ਅਪਡੇਟ ਕਰ ਦਿੱਤਾ ਸੀਗਾ ਜੇਕਰ ਤੁਸੀਂ ਵੀ ਸਮੇਂ ਸਿਰ ਐਸੇ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਸਾਡੇ WhatsApp ਗਰੁੱਪ ਦੀ ਲਾਈ WhatsApp ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਤੇ ਦੋਸਤੋ ਐਸੇ ਦੱਸ ਦਈਏ ਕਿ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਗਵਰਨਮੈਂਟ.thappar.edu ਇਸ ਵੈਬਸਾਈਟ ਦੇ ਉੱਤੇ ਸਾਮੀਆਂ ਦੀ ਮੰਗ ਕੀਤੀ ਗਈ ਹੈ ਦੋਸਤੋ ਥਾਪਰ ਯੂਨੀਵਰਸਿਟੀ ਨੇ ਰਿਕਰੂਟਮੈਂਟ ਕਰਕੇ ਦੇਣੀ ਹੈ ਕੰਟਰੈਕਟ ਬੇਸਿਸ ਤੇ ਭਰਤੀ ਹੈ ਉੱਕੀ-ਪੁੱਕੀ ਸੈਲਰੀ ਮਿਲਣੀ ਹੈ ਤੁਹਾਨੂੰ ਰਿਟਨ ਟੈਸਟ ਦੇ ਆਧਾਰ ਤੇ ਸਿਲੈਕਸ਼ਨ ਹੋਣੀ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਦੀ CDS 31 ਪੋਸਟਾਂ ਜੀ 20000 ਪਰ ਮੰਥ ਸੈਲਰੀ ਹੈ ਪਲੱਸ ਟਰੈਵਲਿੰਗ ਲਾਉਨਸ ਇਦੇ ਲਈ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੋਵੇਨ ਸੋਸ਼ਲ ਵਰਕ ਤੇ 50% ਤੁਹਾਡੇ ਘੱਟੋ ਘੱਟ ਮਾਰਕਸ ਹੋਣੇ ਚਾਹੀਦੇ ਆ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਮਿਨੀਮਮ 2 ਸਾਲ ਦਾ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਸੋਸ਼ਲ ਡਿਵੈਲਪਮੈਂਟ ਜਾਂ ਸੋਸ਼ਲ ਪਾਲਿਸੀਜ਼ ਦੇ ਵਿੱਚ ਸੋਸ਼ੀਓ ਇਕਨੋਮਿਕ ਜਾਂ ਕੋਈ ਇਸ਼ੂ ਇਹਨਾਂ ਸੈਕਟਰਸ ਦੇ ਵਿੱਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਸਚ ਜਿਜ਼ ਹੈਲਥ ਐਜੂਕੇਸ਼ਨ ਜੈਂਡਰ ਵਾਟਰ ਐਂਡ ਸੈਨੀਟੇਸ਼ਨ ਪੋਵਰਟੀ ਤੇ ਇਸ ਤੋਂ ਇਲਾਵਾ ਦੋਸਤੋ ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਆਈਈਸੀ ਦੀ ਪੋਸਟ ਹੈ ਜੀ ਸਪੈਸ਼ਲਿਸਟ ਪੈਂਤੀ ਬੁਸਟ ਹੈ ਦੀਆਂ 20000 ਪਰ ਮਨ ਸੈਲਰੀ ਪਲਸ ਟਰੈਵਲਿੰਗ ਲੌਨਸ ਇਹਦੇ ਲਈ ਤੁਸੀਂ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੋਵੇ ਨਾ ਮਾਸ ਕਮਿਊਨੀਕੇਸ਼ਨ ਜਾਂ ਜਨਰਲਿਜ਼ਮ ਦੇ ਵਿੱਚ ਵਿਦ ਮਿਨਿਮਮ 50% ਮਾਰਕਸ ਹੋਣੇ ਚਾਹੀਦੇ ਤੁਹਾਡੇ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੇ ਚਾਹੀਦੇ ਹੋ ਤੇ ਘੱਟੋ ਘੱਟ 2 ਸਾਲ ਦਾ ਤਜਰਬਾ ਹੋਵੇ ਸੇਮ ਸੈਕਟਰ ਦੇ ਵਿੱਚ ਜੋ ਉੱਪਰ ਦੱਸਿਆ ਤੁਹਾਨੂੰ ਤੇ ਤੀਜਾ ਨੰਬਰ ਤੇ ਹੈ ਜੀ ਬਲੌਕ ਰਿਸੋਰਸ ਕੋਆਰਡੀਨੇਟਰ ਬੀ ਆਰ ਸੀ ਕਮ ਕਮਿਊਨਿਟੀ ਫੈਸਿਲਿਟੇਟਰ ਤੇ 216 ਪੋਸਟਾਂ ਜਿਹਦੀਆਂ 15000 ਪਰ ਮਨ ਸੈਲਰੀ ਮਨੀ ਓਕੀ ਪੁਕੀ ਪਲਸ ਟਰੈ ਤੇ ਬੈਚਲਰ ਆਫ ਆਰਟਸ ਬੀਏ ਤੁਸੀਂ ਕੀਤੀ ਹੋਵੇ ਵਿਦ ਮਿਨਿਮਮ 50% ਮਾਰਕ ਤੁਹਾਡੇ ਹੋਣੇ ਚਾਹੀਦੇ ਆ ਬੀਏ ਦੇ ਵਿੱਚ ਤੇ 10ਵੀਂ ਦੇ ਵਿੱਚ ਪੰਜਾਬੀ ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਘੱਟੋ ਘੱਟ ਤੁਹਾਡੇ ਕੋਲ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਇਨ ਵਾਟਰ ਐਂਡ ਸੈਨੀਟੇਸ਼ਨ ਸੈਕਟਰ ਦੇ ਵਿੱਚ ਤਾਂ ਦੋਸਤੋ ਤਜਰਬਾ ਸਾਰੀਆਂ ਪੋਸਟਾਂ ਦੇ ਲਈ ਮੰਗਿਆ ਇਹਨਾਂ ਨੇ ਤੇ ਜਿਹੜੇ ਪਹਿਲਾਂ ਤੋਂ ਕੰਮ ਕਰ ਰਹੇ ਹੋਣਗੇ ਕੋਈ ਕੰਟਰੈਕਟ ਬੇਸਿਸ ਤੇ ਜਾਂ ਕਿਦਾਂ ਉਹਨਾਂ ਦੇ ਲਈ ਬੈਨੀਫੀਸ਼ੀਅਰ ਰਹੇਗਾ ਇਹ ਤੇ ਬਾਕੀ ਤੁਸੀਂ ਵੀ ਦੇਖ ਲਓ ਜਿਨ੍ਹਾਂ ਕੋਲ ਤਜਰਬਾ ਹੈ ਤਾਂ ਉਹ ਅਪਲਾਈ ਕਰ ਸਕਦੇ ਆ ਤੇ ਅਪਲਾਈ ਹੁਣ ਸਟਾਰਟ ਹੋ ਜਾਣਾ ਜੀ 31/8/2020 ਤੋਂ ਲਾਸਟ ਡੇਟ ਹੈ ਦੀ 24/9/2020 ਤੇ ਫੀਸ ਪੇਮੈਂਟ ਦੀ ਲਾਸਟ ਡੇਟ ਹੈ 25/9/2020 ਤੇ ਇਹਦੀ ਸਾਰੀ ਡਿਟੇਲ ਨੋਟੀਫਿਕੇਸ਼ਨ government.thappar.edu.us ਵੈਬਸਾਈਟ ਦੇ ਉੱਤੇ ਆਉਣਾ ਹੈ ਤੇ ਹਾਲੇ 1-2 ਦਿਨ ਲੱਗ ਸਕਦੇ ਆ ਫੁੱਲ ਨੋਟੀਫਿਕੇਸ਼ਨ ਵੈਬਸਾਈਟ ਤੇ ਆਉਣ ਨੂੰ ਤਾਂ ਤੁਸੀਂ ਉਹ ਤੱਕ ਵੇਟ ਕਰਨੀ ਹੈ ਜਦੋਂ ਵੀ ਨੋਟੀਫਿਕੇਸ਼ਨ ਆਉਂਦਾ ਤਾਂ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੇਵਾਂਗੇ ਅਪਲਾਈ ਕਰਨ ਦਾ ਵੀ ਤੇ ਫੁੱਲ ਨੋਟੀਫਿਕੇਸ਼ਨ ਦਾ ਵੀ ਉਦੋਂ ਤੱਕ ਸਾਡੇ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ ਦੋਸਤੋ ਸਸਿਗਾ